ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਾ ਜ਼ਿਲ੍ਹਾ ਸੰਗਰੂਰ ਸੋ ਅੱਜ ਮੈਂ ਤੁਹਾਡੇ ਵਿੱਚ ਇੱਕ ਹੋਰ ਸਿਆਲ ਦੇ ਵਿੱਚ ਠੰਡ ਦੇ ਵਿੱਚ ਵਰਤਣ ਵਾਲੀ ਜੜੀ ਬੂਟੀ ਲੈ ਕੇ ਆਇਆ ਜਿਹਦਾ ਨਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮਲਠੀ ਸੋ ਘਰਾਂ ਦੇ ਵਿੱਚ ਆਮ ਛੋਟੀਆਂ-ਛੋਟੀਆਂ ਪ੍ਰੋਬਲਮਾਂ ਦੇ ਵਿੱਚ ਵਰਤਦੇ ਸੀ ਸਾਡੇ ਬਜ਼ੁਰਗ ਪਰ ਅੱਜ ਬੰਦ ਹੋ ਕਰਤੀ ਸਭ ਨੇ ਉਹਨ ਪੇਨਕিলার ਜਾਂ ਗੋਲੀਆਂ ਚੱਲ ਪੀਆਂ ਐਲੋਪੈਥਿਕ ਗੋਲੀ ਲੈਨੇ ਆ ਠੀਕਾ ਬਸ ਪਰ ਘਰਾਂ ਦੇ ਵਿੱਚ ਜੜੀ ਬੂਟੀਆਂ ਸੀ ਮਲਠੀ ਬਹੁਤ ਗੁਣਾਕਾਰੀ ਚੀਜ਼ ਐ ਸਾਰਿਆਂ ਨਾਲੋਂ ਪਹਿਲਾਂ ਮੈਂ ਮਲਠੀ ਬਾਰੇ ਦੱਸ ਦਿਆਂ ਵੀ ਮਲਠੀ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਨਫੈਕਸ਼ਨ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੇ ਵਾਸਤੇ ਅੰਮ੍ਰਿਤ ਚਾਹੇ ਉਹ ਪਸ਼ਾਵ ਚ ਚਾਹੇ ਤੁਹਾਡੇ ਪੇਟ ਚ ਸਾਰੇ ਤੁਹਾਡੇ ਗਲਚ ਨੱਕ ਚ ਅੱਖਾਂ ਚ ਜਿੱਥੇ ਵੀ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਅਮਰਤ ਹੈ ਮਲਠੀ ਪਿਸ਼ਾਬ ਦੇ ਜਿੰਨੇ ਵੀ ਰੋਗ ਨੇ ਪਿਸ਼ਾਬ ਦੇ ਵਿੱਚ ਜਲਣਾ ਪਿਸ਼ਾਬ ਚ ਖੂਨ ਆਉਂਦਾ ਇਹਦੇ ਵਾਸਤੇ ਮਲਠੀ ਅਮਰਤ ਹੈ ਪੀਲੀਏ ਦੇ ਰੋਗ ਦੇ ਵਿੱਚ ਅਮਰਤ ਹੈ ਖੂਨ ਦੀ ਸਾਰੇ ਦੀ ਸਫਾਈ ਕਰਨ ਲਈ ਮਲਠੀ ਅਮਰਤ ਹੈ ਪਾਚਣ ਕਿਰਿਆ ਨੂੰ ਸੁਧਾਰਨ ਵਿੱਚ ਮਲਠੀ ਬਹੁਤ ਹੀ ਅਮਰਤ ਦਾ ਕੰਮ ਕਰਦੀ ਹੈ ਚਮੜੀ ਦੇ ਰੋਗਾਂ ਦੇ ਵਿੱਚ ਸਾਰਿਆਂ ਨੂੰ ਬੈਸਟ ਹੈ ਪਰ ਚਮੜੀ ਦੇ ਰੋਗਾਂ ਦੇ ਵਿੱਚ ਤੁਸੀਂ ਜਦੋਂ ਵੀ ਇਹਨੂੰ ਵਰਤਣਾ ਹੈ ਮਲਠੀ ਨੂੰ ਉਦੋਂ ਪਾਊਡਰ ਦੇ ਰੂਪ ਵਿੱਚ ਵਰਤਣਾ ਬਾਕੀ ਬਿਮਾਰੀਆਂ ਵਿੱਚ ਕਾੜੇ ਦੇ ਰੂਪ ਵਿੱਚ ਵਰਤੀ ਜਾਊਗੀ ਸੋ ਆਓ ਚਮੜੀ ਦੇ ਰੋਗਾਂ 'ਚ ਵੀ ਵਰਤੋ ਇਹਨੂੰ ਚਮੜੀ ਦੇ ਰੋਗ ਨੇ ਜੇ ਤੁਹਾਨੂੰ ਕੋਈ ਵੀ ਤਾਂ ਅੱਧਾ-ਅੱਧਾ ਚਮਚ ਮਲਠੀ ਦਾ ਸਵੇਰੇ ਸ਼ਾਮ ਗਰਮ ਪਾਣੀ ਦੇ ਨਾਲ ਸੇਵਨ ਕਰੋ ਇਸੇ ਤਰ੍ਹਾਂ ਹੀ ਜਿਹੜੀਆਂ ਮਾਤਾਵਾਂ ਭੈਣਾਂ ਮੇਰੀਆਂ ਬੇਟੀਆਂ ਜਿਨ੍ਹਾਂ ਦੇ ਛੋਟੇ ਬੱਚੇ ਨੇ ਔਰ ਉਹਨਾਂ ਲਈ ਪੂਰਾ ਦੁੱਧ ਨਹੀਂ ਉਤਰਦਾ ਮਾਤਾਵਾਂ ਨੂੰ ਉਹਨਾਂ ਵਾਸਤੇ ਅਮਰਤਾਇ ਮਲਠੀ ਪਰ ਇਹ ਦੋ ਚੀਜ਼ਾਂ ਨੇ ਇੱਕੋ ਜਿੰਨੀਆਂ 100 ਗ੍ਰਾਮ ਮਲਠੀ 100 ਗ੍ਰਾਮ ਸ਼ਤਾਵਰ ਦੋਨੇ ਲੈ ਕੇ ਮਿਕਸ ਕਰਕੇ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਰੋਟੀ ਖਾ ਕੇ ਦੁੱਧ ਨਾਲ ਲੈਣਾ ਸ਼ੁਰੂ ਕਰੋ ਤਾਂ 15 ਦਿਨਾਂ ਚ ਜਿੰਨਾ ਮਰਜ਼ੀ ਮਾਤਾਵਾਂ ਦੇ ਬੱਚੇ ਲਈ ਦੁੱਧ ਉਤਰੇਗਾ ਇਸੇ ਤਰ੍ਹਾਂੇ ਪੇਟ ਦੇ ਰੋਗ ਨੇ ਜਿੰਨੇ ਵੀ ਅਫਾਰਾ ਗੈਸ ਐ ਤਜਾਬ ਐ ਇਹਦੇ 'ਚ ਵੀ ਗੋਲੀ ਜਿਹੜੀ ਤੁਸੀਂ ਖਾਣੇ ਵੈਲੋਪੈਥੀ ਦੀ ਉਹਦੇ ਨਾਲੋਂ ਜੀ ਅਮਰਤ ਦਾ ਕੰਮ ਕਰਦੀ। ਇਸੇ ਤਰ੍ਹਾਂ ਦਿਲ ਦੇ ਸਾਰੇ ਰੋਗਾਂ 'ਚ ਕੰਮ ਕਰਦੀ ਐ ਪਰ ਦਿਲ ਦੇ ਵਿੱਚ ਮਲਠੀ ਤੇ ਅਰਜਨ ਦੋਨੋਂ ਇੱਕੋ ਜਿੰਨੇ ਮਿਲਾ ਕੇ ਇਹਨਾਂ ਦਾ ਇੱਕ ਚਮਚਾ ਰੋਜ਼ ਇੱਕ ਗਲਾਸ ਪਾਣੀ 'ਚ ਉਬਾਲ ਕੇ ਅੱਧਾ ਰਹਿਣ ਤੇ ਬਿਨਾ ਪੁਣੇ ਕੁੱਟ-ਕੁੱਟ ਕਰਕੇ ਪੀਣਾ। ਗਲੇ ਦੇ ਜਿੰਨੇ ਰੋਗ ਨੇ ਖਾਂਸੀ ਐ ਜ਼ੁਖਾਮ ਐ ਜੋ ਵੀ ਐ ਸਾਰੇ ਰੋਗਾਂ ਦੇ ਵਿੱਚ ਮਲਠੀ ਹੈ ਜਿਹੜੀ ਅਮਰਤ ਦਾ ਕੰਮ ਕਰਦੀ ਹੈ ਕਮਜ਼ੋਰੀ ਦੇ ਵਿੱਚ ਸਰੀਰਕ ਕਮਜ਼ੋਰੀ ਹੈ ਜਿਹੜੀ ਉਹਦੇ ਵਿੱਚ ਸ਼ਤਾਵਰ ਮੂਸਲੀ ਤੇ ਮਲਠੀ ਕੁਝ ਨਹੀਂ ਲੈ ਕੇ ਸਵੇਰੇ ਸ਼ਾਮ ਦੁੱਧ ਨਾਲ ਇੱਕ ਇੱਕ ਚਮਚਾ ਲਓਗੇ ਤਾਂ ਅਮਰਤ ਸੋ ਇਹ ਜਿੰਨੇ ਰੋਗ ਮੈਂ ਤੁਹਾਨੂੰ ਦੱਸੇ ਨੇ ਸਾਰਿਆਂ ਚ ਅਮਰਤ ਦਾ ਕੰਮ ਕਰਦੀ ਹੈ ਅਗਰ ਤੁਸੀਂ ਕੱਲੀ ਮਲਠੀ ਦਾ ਵੀ ਇੱਕ ਇੱਕ ਚਮਚਾ ਸਵੇਰੇ ਸ਼ਾਮ ਇੱਕ ਇੱਕ ਗਲਾਸ ਪਾਣੀ 'ਚ ਉਬਾਲ ਕੇ ਅੱਧਾ ਰਹਿਣ ਤੇ ਪੁਣ ਕੇ ਪੀਨੇ ਹੋ ਬਾ ਵੀ ਤੁਹਾਨੂੰ ਸਿਆਲ ਦੇ ਵਿੱਚ ਕਦੇ ਖੰਘ ਜ਼ਖਾਮ ਕਦੇ ਵੀ ਪੇਟ ਦਾ ਕੋਈ ਰੋਗ ਕਪੈਟ ਪੇਟ ਦਾ ਦਰਦ ਗੈਸ ਅਫਾਰਾ ਕਬਜ ਪਿਸ਼ਾਬ ਦਾ ਕੋਈ ਰੋਗ ਕੋਈ ਦਿੱਕਤ ਨਹੀਂ ਆਊਗੀ ਸੋ ਇਹ ਅਮਰਤ ਹੈ ਇਹਨੂੰ ਵੀ ਵਰਤੋ ਜਿੱਥੇ-ਜਿੱਥੇ ਰੋਗਾਂ ਦੇ ਵਿੱਚ ਤੁਹਾਨੂੰ ਇਹ ਮਿਲਦੀ ਹੈ ਤੁਹਾਨੂੰ ਕੋਈ ਰੋਗ ਹੈ ਤਾਂ ਉਹਦੇ ਵਿੱਚ ਇਹਦਾ ਵੀ ਇਸਤੇਮਾਲ ਕਰੋ ਵੱਧ ਤੋਂ ਵੱਧ ਪਸ਼ੂਆਂ ਦੇ ਵਿੱਚ ਜ਼ਿਆਦਾ ਪੇਟ ਦੇ ਰੋਗ ਆਉਂਦੇ ਨੇ ਉਹਨਾਂ ਲਈ ਵੀ ਅਮਰਤ ਹੈ ਜਿਹੜੇ ਪਸ਼ੂ ਨੂੰ ਜਾਦੇ ਖਾਰ ਆ ਗਿਆ ਜਾਂ ਜਿਆਦਾ ਇੱਕਦਾਂ ਦੁੱਧ ਘਟ ਗਿਆ ਜਾਂ ਕੋਈ ਵੀ ਰੋਗ ਆ ਪਸ਼ੂ ਨੂੰ ਤਾਂ ਪੇਟ ਦੇ ਤੋਂ ਸ਼ੁਰੂ ਹੁੰਦਾ ਤਾਂ ਉਹਨੂੰ 100 ਗ੍ਰਾਮ ਮਲਠੀ ਦੇ ਦਿਓ ਤਕਰੀਬਨ ਤਕਰੀਬਨ 90% ਉਹਦਾ ਰੋਗ ਇਦਾਂ ਹੀ ਠੀਕ ਹੋ ਜਾਏਗਾ ਮਲਠੀ ਨਾਲ ਹੀ ਸਵਾਉ ਸਾਰੇ ਰਲ ਮਿਲ ਕੇ ਆਪਾਂ ਜੜੀ ਬੂਟੀਆਂ ਦੇ ਨਾਲ ਜੁੜੀਏ ਕੁਦਰਤ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ